ਅੱਜ ਵਿਧਾਨ ਸਭਾ ਦਾ ਇੱਕ ਦਿਨ ਦਾ اجلاس ਹੋਇਆ ਹੈ ਕੀ ਇਸ ਦੇ ਵਿੱਚ ਰਿਹਾ ਆਮ ਆਦਮੀ ਪਾਰਟੀ ਤੋਂ ਬਲਜਿੰਦਰ ਕੌਰ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਅੱਜ ਇੱਕ ਦਿਨ ਦਾ اجلاس ਸੀ ਕੀ ਕੁਝ ਖਾਸ ਰਿਹਾ ਇਸ ਦੇ ਵਿੱਚ ਦੇਖੋ ਅੱਜ ਇੱਕ ਜਿਹੜਾ ਖਾਸ ਸੈਸ਼ਨ ਨਵੇਂ ਪਾਸ਼ਾ ਨੂੰ ਸਮਰਪਿਤ 400 ਸਾਲਾਂ ਨੂੰ ਅੱਜ ਬੁਲਾਇਆ ਗਿਆ ਸੀਗਾ ਤੇ ਸਿਰਫ ਉਹਨਾਂ ਨੂੰ ਲੈ ਕੇ ਹੀ ਜਿਹੜਾ ਬਤੌਰ ਅੱਜ ਇੱਕ ਮੇਨ ਸੈਸ਼ਨ ਰੱਖਿਆ ਗਿਆ ਸੀਗਾ ਬਾਕੀ ਅਦਰਵਾਈਜ਼ ਦੇਖੋ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਬਹੁਤ ਸਾਰੇ ਅਜੰਡਾਸ ਨੇ ਤੇ ਆਮ ਆਦਮੀ ਪਾਰਟੀ ਚਾਹੁੰਦੀ ਸੀਗੀ ਕਿ ਇਸ ਸੈਸ਼ਨ ਨੂੰ ਵਧਾ ਕੇ ਏਟਲੀਸਟ 15 ਦਿਨਾਂ ਦਾ ਕੀਤਾ ਜਾਂਦਾ ਕਿ ਅਸੀਂ ਪੰਜਾਬ ਦੇ ਜਿਹੜੇ ਬਾਕੀ ਮਸਲੇ ਨੇ ਉਨਾ ਤੇ ਵੀ ਗੱਲਬਾਤ ਕਰ ਸਕਦੇ ਤਾਂ ਸੈਸ਼ਨ ਜਿਹੜਾ ਜਿਵੇਂ ਹਰ ਵਾਰ ਦੀ ਤਰ੍ਹਾਂ ਸਾਢੇ 4 ਸਾਲ ਹੋ ਗਏ ਇਸ ਕਾਂਗਰਸ ਸਰਕਾਰ ਨੂੰ ਹਰ ਸੈਸ਼ਨ ਜਿਹੜਾ ਆ ਉਹ ਮਤਲਬ ਇਹ ਸਿਰਫ 2 ਦਿਨਾਂ ਦਾ 3 ਦਿਨਾਂ ਦਾ ਇਸ ਤਰੀਕੇ ਨਾਲ ਰੱਖਿਆ ਜਾਂਦਾ ਤੇ ਜਿੱਥੇ ਬਹੁਤ ਸਾਰੇ ਮਸਲੇ ਜਿਨ੍ਹਾਂ ਤੇ ਸੀਰੀਅਸ ਇੱਕ ਡਿਬੇਟ ਹੋਣੀ ਚਾਹੀਦੀ ਆ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਹਰ ਉਸ ਮਸਲੇ ਤੋਂ ਇਸ ਵੇਲੇ ਜਿਹੜੀ ਹੈ ਭੱਜਦੀ ਹੋਈ ਨਜ਼ਰ ਆਉਂਦੀ ਆ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਰੋਪ ਲਗਾਏ ਜਾ ਰਹੇ ਨੇ ਕਿ ਜਦੋਂ ਵੀ ਉਹ ਕਿਤੇ ਜਾਂਦੇ ਨੇ ਤਾਂ ਉਹਨਾਂ ਦੀ ਘੇਰਾਬੰਦੀ ਹੁੰਦੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੀ ਨਹੀਂ ਹੁੰਦੀ ਜਾਂ ਦੂਜੇ ਲੋਕਾਂ ਦੀ ਨਹੀਂ ਹੁੰਦੀ ਉਹਨਾਂ ਦਾ ਕਹਿਣਾ ਹੈ ਕਿ ਖਾਸ ਕਰਕੇ ਮਜੀਠੀਆ ਜੀ ਦਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਂ ਉਹਨਾਂ ਵੱਲੋਂ ਰਲ ਮਿਲ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਹੀਂ ਦੇਖੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਨਹੀਂ ਆਈ ਹੈਗੀ ਤੇ ਜੇ ਮੈਂ ਗੱਲ ਕਰਾਂ ਤਾਂ ਕਾਂਗਰਸ ਨੂੰ 4.5 ਸਾਲ ਹੋ ਗਏ ਅਕਾਲੀ ਦਲ ਨੂੰ ਬੜਾ ਲੰਮਾ ਸਮਾਂ ਪੰਜਾਬ ਦੇ ਵਿੱਚ ਸਤਾ ਇਹਨਾਂ ਨੇ ਹੰਡਾਈ ਆ ਲੋਕਾਂ ਨੇ ਇਹਨਾਂ ਨੂੰ ਮਨ ਸਨਮਾਨ ਦਿੱਤਾ ਤੇ ਜਦੋਂ ਜਿਹੜੇ ਵਾਅਦੇ ਕੀਤੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਉਹਨਾਂ ਨੂੰ ਇੱਕ ਵੀ ਵਾਅਦਾ ਚਾਹੇ ਉਹ ਕਾਂਗਰਸ ਗਵਰਨਮੈਂਟ ਦੀ ਗੱਲ ਕਰੀਏ ਉਹ ਪੂਰਾ ਨਹੀਂ ਕੀਤਾ ਤੇ ਚਾਹੇ ਅਕਾਲੀ ਦਲ ਦੀ ਗੱਲ ਕਰੀਏ ਤੇ ਜਦੋਂ ਸਰਕਾਰਾਂ ਜਿਹੜੀਆਂ ਇਸ ਲੈਵਲ ਤੇ ਆ ਜਾਣ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਤਲਬ ਉਹਦਾ ਕੋਈ ਹੀਲਾ ਵਸੀਲਾ ਨਹੀਂ ਕਰਨਾ ਕਿ ਕਿਹੜੇ ਲੋਕਾਂ ਨੇ ਬੇਅਦਬੀ ਕਰਾਈ ਕੌਣ ਉਹਦੇ ਚ ਇਨਵੋਲਡ ਸੀ ਜਾਂ ਫਿਰ ਉਹਨਾਂ ਨੂੰ ਇੱਕ ਵਾਅਦੇ ਕਰਕੇ ਜਿਹੜੇ ਲੋਕਾਂ ਦੇ ਨਾਲ ਕੀ ਅਸੀਂ ਉਹਨਾਂ ਨੂੰ ਸਖਤ ਸਜ਼ਾਵਾਂ ਦੇਵਾਂਗੇ ਦੋਸ਼ੀਆਂ ਨੂੰ ਫੜਾਂਗੇ ਜਦੋਂ ਸਾਰੇ ਵਾਅਦਿਆਂ ਤੋਂ ਮੁਨਕਰ ਹੋਣਾ ਤੇ ਫਿਰ ਜਿਹੜਾ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਉਣਾ ਕਿ ਆਮ ਆਦਮੀ ਪਾਰਟੀ ਕਰਾ ਰਹੀ ਆ ਇਹ ਸਰਾਸਰ ਬਿਲਕੁਲ ਗਲਤ ਗੱਲ ਆ ਤੇ ਜਦੋਂ ਮਾੜੇ ਕੰਮ ਕੀਤੇ ਹੁਣ ਤੇ ਉਹਦਾ ਨਤੀਜਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਉਹ ਸ਼ੀਸ਼ਾ ਜਿਹੜਾ ਉਹ ਦਿਖਾਉਣਾ ਹੀ ਦਿਖਾਉਣਾ ਆ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਕੱਲ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਦਾ ਚਿਹਰਾ ਕੌਣ ਹੋਏਗਾ ਤੁਹਾਨੂੰ ਕੀ ਲੱਗਦਾ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ بڑا ਜਿਹੜਾ ਪੀਐਸਸੀ ਦਾ ਫੈਸਲਾ ਆ ਇਹ ਪਾਰਟੀ ਨੇ ਜਿਹੜੀ ਲੀਡਰਸ਼ਿਪ ਆ ਸਾਡੇ ਸੀਨੀਅਰ ਉਹਨੇ ਉਹਨੇ ਬੈਠ ਕੇ ਮਤਲਬ ਇਹਦਾ ਸਾਰਾ ਜਿਹੜਾ ਆ ਇਨੂੰ ਬਾਚਣਾਗਾ ਤੇ ਉਹਨੇ ਅਨਾਉਂਸਮੈਂਟ ਕਰਨੀ ਇਹਦੇ ਬਾਰੇ ਇਹ ਸੰਨ ਆਮ ਆਦਮੀ ਪਾਰਟੀ ਤੋਂ ਬਲਜਿੰਦਰ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਇੱਕ ਦਿਨ ਦਾ ਇਜਲਾਸ ਸੀ ਹਾਲਾਂਕਿ ਇਹਨਾਂ ਨੇ ਮੰਗ ਕੀਤੀ ਸੀ ਕਿ ਜ਼ਿਆਦਾ ਲੰਮਾ ਹੋਣਾ ਚਾਹੀਦਾ ਪਰ ਇਸ ਤਰ੍ਹਾਂ ਨਹੀਂ ਹੋਇਆ ਨਾਲ ਨਾਲ ਇਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਅੱਜ ਘੇਰਾਬੰਦੀ ਹੋ ਰਹੀ ਹੈ ਲੋਕ ਉਹਨਾਂ ਨੂੰ ਥਾਂ ਥਾਂ ਤੇ ਘੇਰ ਰਹੇ ਨੇ ਤਾਂ ਉਸ ਦਾ ਕਾਰਨ ਕੋਈ ਹੋਰ ਪਾਰਟੀਆਂ ਨਹੀਂ ਸਗੋਂ ਅਕਾਲੀ ਦਲ ਆਪ ਹੈ ਕਿਉਂਕਿ ਬੇਅਦਬੀ ਦੇ ਮਾਮਲੇ ਤੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਅਕਾਲੀ ਦਲ ਦੀ ਘੇਰਾਬੰਦੀ ਹੋ ਰਹੀ ਹੈ ਕੈਮਰਾਮੈਨ ਗਗਨਦੀਨਾਲ ਰਣਦੀਪ ਸਿੰਘ ਦਾ ਅਨਮਿਊਟ ਚੰਡੀਗੜ੍ਹ